ਉਹ ਕਿਉਂ ਬਾਈ, ਬਣੀ ਕੋਈ ਰਹਿ? ਕਿਵੇਂ ਹੁਣੀ ਪੈ ਗਏ? ਸਤਿ ਸ੍ਰੀ ਅਕਾਲ ਚਾਚਾ। ਐਵੇਂ ਹੀ ਤੂੰ ਹੁਣੇ ਦੁਰਨ ਲੱਗਾ? ਬਸ ਲਾਲੇ ਦੀਆਂ ਬੋਰੀਆਂ ਹੀ ਲੱਦਣੀਆਂ। ਫਿਰ ਕਿਵੇਂ ਬਣੀ ਕੋਈ ਰਹਿ? ਮੈਂ ਤਾਂ ਕਹਿੰਦਾ ਵੀ ਚੱਲ ਮੇਰੇ ਨਾਲ, ਕੱਲ੍ਹ ਦਾ ਦਿਨ ਉੱਥੇ ਰਹਾਂਗੇ। ਜੇ ਮੁੰਡਿਆਂ ਦਾ ਕੰਮ ਰੁਕ ਸਰ ਨਾ ਲੱਗਿਆ ਤਾਂ ਇੱਥੋਂ ਨੂੰ ਪਿੰਡ ਆ ਜਾਵਾਂਗੇ। ਆਪਾਂ ਨੂੰ ਕਿਹੜਾ ਕੋਈ ਉੱਥੇ ਬੰਨ੍ਹ ਕੇ ਬਿਠਾ ਦੂ ਕੋਈ? ਠੀਕ ਹੈ ਨਾ ਬਾਈ? ਚਾਹ ਚੂ ਤਾਂ ਨਹੀਂ ਪੀਣੀ? ਚਾਹ ਐਵੇਂ ਚਿਰ ਲੱਗ ਜੂ। ਮੈਂ ਤਾਂ ਕਹਿੰਦਾ ਸੀ ਤੁਰੀਏ, ਚਿਰ ਕਾਹਨੂੰ ਲਾਉਣਾ? ਕੋਈ ਨਹੀਂ, ਠੰਡ ਖਾਸੀ ਹੈ, ਨਾਲੇ ਅਜੇ ਤਾਂ ਸਾਰੀ ਰਾਤ ਹੀ ਪਈ ਹੈ। ਘੋੜੇ ਦਾ ਦਾਨ ਦਿਓ ਬਾਈਓ। ਮੈਂ ਫਿਰ ਜਾਇਆ ਵਾਂ ਪੁੱਤ ਲੱਭੂ ਨਾਲ। ਦੇਖ ਲਓ ਬਾਪੂ, ਜਿਵੇਂ ਤੁਹਾਡੀ ਮਰਜ਼ੀ ਹੈ। ਦੇਖਣਾ ਕੀ ਹੈ, ਮੇਲੂ ਨੂੰ ਮਿਲਿਆ ਹੂੰ, ਕੱਲ੍ਹ ਆਥਣ ਤਾਈਂ ਲੱਭੂ ਦੇ ਨਾਲ ਹੀ ਆ ਜੂੰ। ਚੰਗਾ, ਜੇ ਨਹੀਂ ਸਲਾਹ ਤਾਂ ਨਹੀਂ ਜਾਂਦਾ। ਕਾਹਨੂੰ ਬਾਪੂ, ਜਾਈ ਆ। ਇੱਥੇ ਤਾਂ ਹਰ ਇੱਕ ਲੰਡਾ ਲੁੱਚਾ ਚੌਧਰੀ ਬਣਿਆ ਫਿਰਦਾ, ਨਾਲੇ ਆਪਣੀ ਬੇਬੇ ਨੂੰ ਨਾ ਦੱਸੀ ਪੁੱਤ, ਜੇ ਪੁੱਛੇ ਤਾਂ ਕਹਿੰਦੀ ਪੰਚਾਇਤ ਨੇ ਇਕੱਠ ਕੀਤਾ ਉੱਥੇ ਗਿਆ ਵੇ।
ਤੂੰ ਕਿੱਥੇ ਚੱਲੀ ਭੈਣੇ? ਚੁੱਪ, ਮੈਂ ਹੁਣੇ ਆਉਂਦੀ ਹਾਂ, ਤੂੰ ਸੌ ਜਾ। ਮੈਂ ਬੱਕਰੀ ਨੂੰ ਦੇਖ ਆਵਾਂ, ਦੇਖਦੀ ਹਾਂ ਪੱਠਿਆਂ ਨੂੰ ਮਾਰਦੀ ਹੈ ਕਿ ਨਹੀਂ। ਲੱਗਦਾ ਜਿਵੇਂ ਉਹਨੂੰ ਤਾਪ ਹੋਵੇ ਵਿਚਾਰੀ ਨੂੰ। ਜਾਨਵਰਾਂ ਨੂੰ ਕਿਹੜਾ ਪਤਾ ਲੱਗਦਾ? ਉਹੀ ਕੰਮ ਕਰਨਾ ਜ਼ਰੂਰੀ ਯਾਰ, ਤੁਹਾਨੂੰ ਪਤਾ ਹੈਗਾ। ਨਾ ਕੀਤਾ ਤੈਨੂੰ ਪਤਾ ਫਿਰ ਲਾਂਭੇ ਵਾਲੀ ਗੱਲ ਆੜਤੀਏ ਵੀ ਜਾ ਕੇ। ਇਹ ਤਾਂ ਪਿਓ ਦਾਦੇ ਦੀ ਰੀਤ ਹੈ, ਇਹ ਤਾਂ ਸਾਨੂੰ ਕਰਨੀ ਪੈਣੀ ਆ। ਜੇ 2 ਸਾਲ ਗ੍ਰਹਿਣ ਨਾ ਲੱਗੇ ਫਿਰ ਕਿੱਥੋਂ ਖਾਓਗੇ? ਪਿਓ ਦਾਦੇ ਦੀ ਰੀਤ ਨਹੀਂ ਛੱਡਦੇ ਤਾਂ ਹੀ ਪੀੜ੍ਹੀਆਂ ਬੀਤੀਆਂ ਧੱਕੇ ਖਾਂਦਿਆਂ ਨੂੰ। ਇਹ ਤਾਂ ਰੱਬ ਦੀ ਰਜ਼ਾ ਹੈ, ਉਹਦਾ ਮੰਨਣੀ ਪੈਣੀ ਹੈ। ਜੋ ਰੀਤ ਬਣੀ ਹੋਈ ਹੈ ਉਹ ਤਾਂ ਕਰਨੀ ਪੈਣੀ ਹੈ। ਸਾਲਾ ਰੱਬ ਦੀ ਰੀਤ ਆ, ਜਦੋਂ ਮੈਂ ਕਹੀ ਜਾਂਦਾ ਬੰਦੇ ਦਾ ਪੁੱਤ ਬਣ ਕੇ ਘਰ ਨੂੰ ਮੁੜ ਜਾ, ਘਰ ਨੂੰ ਮੁੜ ਜਾ ਕਿ ਦਿਆਂ ਫਿਰ ਅੰਨੇ ਘੋੜੇ ਦਾ ਦਾਣ। ਫਿਰ ਮੈਂ ਮੁੜ ਜਾਂਦਾ, ਐਵੇਂ ਔਖਾ ਸੌਖਾ ਕੋਈ ਬੋਲਦਾ ਹੈ, ਐਵੇਂ ਆਵਾ ਦਾਵਾ ਬੋਈ ਜਾਂਦਾ ਬਾਈ ਹੋਏ। ਜਾਲੋ ਜਾਲੋ ਓ ਕੁੜੀਏ, ਜਾਲੋ ਜਾਲੋ ਮੇਲੂ ਬਾਈ। ਅੱਧੀ ਰਾਤ ਹੋਈ ਪਈ ਹੈ, ਤੂੰ ਕਿੱਥੇ ਚੱਲੀ ਸੀ? ਕਿਤੇ ਨੀ, ਘਰੇ ਜੀ ਕਾਲਾ ਪਈ ਜਾਂਦਾ ਸੀ। ਦਿਮਾਗ ਖਰਾਬ ਹੋ ਗਿਆ ਤੇਰਾ, ਇਹੋ ਜਿਹੇ ਦਿਨ ਕੋਈ ਘਰੋਂ ਨਹੀਂ ਸੀ ਨਿਕਲਦਾ ਹੁੰਦਾ। ਚੱਲ ਘਰ ਨੂੰ ਚੱਲ। ਸੌਂਕਣੀ ਤੂੰ ਮੇਰੀ ਏ, ਡਾਢ ਦੀਏ ਬੇੜੀਏ ਨੀ ਸੌਂਕਣੀ ਤੂੰ ਮੇਰੀ ਏ।
ਤੈਨੇ ਉੱਤੇ ਸੁਨਿਰਿਆ ਤੈਨੇ ਉੱਤੇ ਸੁਨਿਰਿਆ ਮੀਆਂ ਸਰੋਠੀਆ ਡਾਡੇ ਦੀਏ ਬੇੜੀਏ ਨੀ ਸੌਂਕਣੀ ਤੂੰ ਮੇਰੀਏ ਚਿੱਟੀ ਨਾ ਚਾਦਰੀ ਕਿੰਨੀ ਕੁਦਤੀ ਹੈ ਮੱਛੀ ਕੰਡੇ ਸਿੱਧੀ ਹੈ ਚਿੱਟੀ ਨਾ ਚਾਦਰੀ ਕਿੰਨੀ ਕੁਦਤੀ ਹੈ ਮੱਛੀ ਕੰਡੇ ਸਿੱਧੀ ਹੈ ਲਿਖੀ ਦਿੱਤਾ ਉਤੇ ਸਾਰਾ ਲਿਖੀ ਦਿੱਤਾ ਉਤੇ ਸਾਰਾ ਪਿਆਰ ਤੋਂ